তোসা আচ্ছা আচ্ছা ঠিক আছে ঠিক আছে এ সাই কবুতর বে সাদা লাল পমোজ আচ্ছা ইনি পছান এ হে এ দে গিনো এ পর যকরতা সহি এ এ বে লাল কবুতর পমোজ ঠিক আছে ঠিক আছে হ্যাঁ ইয়া বল এ পর বে যকাই মে সামনে রতা ঠিক আছে ঠিক আছে ਅੱਛਾ ਇਹਦੀ ਅੱਖ ਦਾ ਕੀ ਖਾਸੀਅਤ ਹੈ ਭਾਈ ਇਹ ਜਿਹੜੀ ਚਿੱਟੀ ਨਾਲ ਹੀ ਮੈਂ ਛੁੜਵੇਂ ਦਾ ਨਾਲ ਨਾਲ ਧਾਰੀ ਚਿੱਟੀ ਹੋਣੀ ਚਾਹੀਦੀ ਹੈ ਤਾਂ ਇਹ ਅੱਖ ਦੀ ਪੂਰੀ ਹੋਣੀ ਹੈ ਅੱਛਾ ਇਹ ਸਬੂਤ ਹੋਣੀ ਇਹਦੀ ਕੀਮਤ ਵੀ ਵੱਧ ਹੋਣੀ ਹੈ ਜੇ ਇਹਦੀ ਅੱਖ ਉੱਤ
ਅੱਛਾ ਹੈਕ ਦੀ ਹੈਕ ਦੀ ਅੱਛਾ ਜੀ ਜੀ ਸਹੀ ਇਹ ਬੱਚਿਆਂ ਦੇ ਮਕਸਦ ਵਾਸਤੇ ਕਟਵੇਂ ਬੱਚਿਆਂ ਦੇ ਮਕਸਦ ਕਿਤੇ ਕਹਿੰਦੇ ਸਹੀ ਰੋਜ਼ੀ ਦਾ ਮਸਲਾ ਆਉਂਦੇ ਪੱਠੇ ਛੱਟੇ ਕਰਵੇ ਨੇ ਠੀਕ ਹੈ ਬੱਚਿਆਂ ਦੇ ਵੀ ਹੈ ਸ਼ੌਂਕ ਵੀ ਹੈ ਸਭੋਂ ਸਹੀ ਜੀ ਜੀ ਇਹ ਮੇਰੇ ਵਾਸਤੇ ਸਾਰਾ ਕਿਤੇ ਇਹ ਲਾਲ ਪਮੋਜ 13 ਦਾ ਹੀ ਵਾਲ ਪਮੋਜ ਹੈ ਪਮੋਜ ਹੀ ਆਦੇ ਸਾਂ ਇਹਦੇ ਦੇ ਗਨੋ ਇਹਦੇ ਪੈਰਾਂ ਤੇ ਵਾਲ ਹੁੰਦੇ ਨੇ ਅੱਛਾ ਸਹੀ ਯਾਨੀ ਪਰਨ ਪੈਰ ਆਹ ਤਲੇ ਮਕਸਦ ਦੇ ਪੈਰਾਂ ਤੇ ਪਰਨ ਚ ਨਿਕੇ ਨਿਕੇ ਸਹੀ ਹੈ ਉਹ ਕੋ ਸਾ ਪਮੋਜ ਵਾਲੇ ਅੱਛਾ ਚਲੇ ਦੋਸਤੋ ਇਹ ਤੋਂ ਆਪਨੇ ਦੇਖ ਲਿਆ ਕਿ ਪਮੋਜ जो लाल कबूतर आपने बताया ना जी लाल कबूतर को जो है ना पहचान का आपने तरीका सुन लिया है तो आपने कभी भूलना नहीं है इस हवाले से आप देख सकते हैं कि ये कबूतर है जा, 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 तो थैंक यू वेरी मच फॉर वॉचिंग दिस वीडियो अल्लाह हाफिज़।